ਕਾਊਂਟਰ ਨੰਬਰ 1 ਤੇ ਜਿਹੜਾ ਉਹ ਖੜਾ ਸੀ ਜਵਾਨ ਉਹਨਾਂ ਦਾ ਸੇਲਮੈਨ, ਉਹਨੇ ਉਹਨੂੰ ਉਹਦੇ ਕਹਿਣ ਦੇ ਮੁਤਾਬਕ ਇੱਕ ਕੋਇਨ ਜਿਹੜਾ ਹੁੰਦਾ ਵਾ ਸੋਨੇ ਦੀ 50 ਗ੍ਰਾਮ ਦੀ ਲੈ ਕੇ ਦਿਖਾਈ। ਉਹਦੇ ਨਾਲ ਉਹ ਡਿਸਕਸ ਕਰਨ ਲੱਗ ਪਿਆ, ਉਹਨੂੰ ਕਾਫੀ ਗੱਲਾਂ 'ਚ ਉਲਝਾ ਕੇ ਉਹਨੇ ਕੋਇਨ ਜਿਹੜੀ ਉਹਨੇ ਲਗਾ ਲਈ ਅਤੇ ਉਹਨੂੰ ਕਹਿ ਕੇ ਗਿਆ ਵੀ ਯਾਰ ਤੁਸੀਂ ਹਿਸਾਬ ਕਰੋ, ਮੈਂ ਗੱਡੀ 'ਚੋਂ ਪੈਸੇ ਲੈ ਕੇ ਆਉਣਾ ਵਾ। ਉਹ ਉੱਥੋਂ ਉਤਰ ਕੇ ਅਤੇ ਰਨਿੰਗ ਕਰਕੇ ਦੌੜਦਾ ਦੇਖਿਆ ਅਸੀਂ, ਵੀਡੀਓ ਫਿਲਮ ਜਿਹੜੀ ਆਈ ਉਹਦੇ 'ਚ। ਜੀ ਸਰ, ਆਪਣਾ ਨਾਮ ਤੋਂ ਡੈਗਨੇਸ਼ਨ? ਮੈਂ ਸਬ ਇੰਸਪੈਕਟਰ ਅਰੁਣ ਕੁਮਾਰ, ਚੌਂਕੀ ਇੰਚਾਰਜ ਲਾਰੈਂਸ ਰੋਡ। ਜੀ ਸਰ, ਜਿਹੜੀ ਸੀਸੀਟੀਵੀ ਵਾਇਰਲ ਹੋ ਰਹੀ ਹੈ, ਕੀ ਪੂਰਾ ਨਾਮ? ਇਹ 9 ਤਰੀਕ ਨੂੰ 5:30 ਵਜੇ ਇੱਕ ਕਸਟਮਰ ਖਰਾਣਾ ਜੂਲਰ 'ਤੇ ਗਿਆ ਸੀ ਜੀ। ਉਹਨੇ ਉੱਥੇ ਜਾ ਕੇ ਕਾਊਂਟਰ ਨੰਬਰ 1 'ਤੇ ਜਾ ਕੇ ਉਹਨਾਂ ਨੇ ਕੋਈ ਸੋਨਾ ਦਿਖਾਉਣ ਦੀ ਆਖਿਆ ਵੀ ਸਾਨੂੰ ਸੋਨਾ ਦਿਖਾਓ, ਅਸੀਂ ਸੋਨਾ ਖਰੀਦਣਾ ਵਾ। ਉਹ ਜਿਹੜਾ ਕਾਊਂਟਰ ਨੰਬਰ 1 'ਤੇ ਜਿਹੜਾ ਉਹ ਖੜਾ ਸੀ ਜਵਾਨ ਉਹਨਾਂ ਦਾ ਸੇਲਮੈਨ, ਉਹਨੇ ਉਹਨੂੰ ਉਹਦੇ ਕਹਿਣ ਦੇ ਮੁਤਾਬਕ ਇੱਕ ਕੋਇਨ ਜਿਹੜਾ ਹੁੰਦਾ ਵਾ ਸੋਨੇ ਦੀ 50 ਗ੍ਰਾਮ ਦੀ ਲੈ ਕੇ ਦਿਖਾਈ। ਉਹਦੇ ਨਾਲ ਉਹ ਡਿਸਕਸ ਕਰਨ ਲੱਗ ਪਿਆ, ਉਹਨੂੰ ਕਾਫੀ ਗੱਲਾਂ 'ਚ ਉਲਝਾ ਕੇ ਉਹਨੇ ਕੋਇਨ ਜਿਹੜੀ ਉਹਨੇ ਲਗਾ ਲਈ ਅਤੇ ਉਹਨੂੰ ਕਹਿ ਕੇ ਗਿਆ ਵੀ ਯਾਰ ਤੁਸੀਂ ਹਿਸਾਬ ਕਰੋ, ਮੈਂ ਗੱਡੀ 'ਚੋਂ ਪੈਸੇ ਲੈ ਕੇ ਆਉਣਾ ਵਾ। ਉਹ ਉੱਥੋਂ ਉਤਰ ਕੇ ਅਤੇ ਰਨਿੰਗ ਕਰਕੇ ਦੌੜਦਾ ਦੇਖਿਆ ਅਸੀਂ, ਵੀਡੀਓ ਫਿਲਮ ਜਿਹੜੀ ਆਈ ਉਹਦੇ 'ਚ ਉਹ ਦੌੜਦਾ ਦੇਖਿਆ ਅਤੇ ਉਹ ਦੌੜਦਾ ਚਲਾ ਗਿਆ ਉੱਥੋਂ। ਅਤੇ ਸਰ ਦੱਸਿਆ ਜੀ, ਕੀਮਤ ਕਿੰਨੀ ਉਹਦੀ ਹੈ ਜੀ? ਉਹਨਾਂ ਨੇ 2.5 ਲੱਖ ਰੁਪਇਆ ਦੱਸਿਆ ਜੀ ਉਹਦੀ ਕੀਮਤ ਜਿਹੜੀ ਹੈ। ਅਤੇ ਸਰ ਗੱਡੀ ਤਾਂ 2-ਵੀਲਰ ਪਿਆ ਸੀ ਇਹ, ਹੁਣ ਕਲੀਅਰ ਉਹਦੀ ਫੁਟੇਜ ਅਸੀਂ ਲਈ ਆ ਜੀ, ਅੰਦਰ ਦੀ ਫੁਟੇਜ ਲਈ ਹੈ, ਬਾਹਰਲੀਆਂ ਜਿਹੜੀਆਂ ਅਸੀਂ ਰੋਡ 'ਤੇ ਫੁਟੇਜ ਨਹੀਂ ਸੀ ਆਈ, ਅਸੀਂ ਕਲੀਅਰ ਕਰ ਰਹੇ ਹਾਂ। ਜੋ ਵੀ ਦੇਖਾਂਗੇ ਵੀ ਗੱਡੀ 'ਤੇ ਆਇਆ ਜਾਂ ਕਸ 'ਤੇ ਆਇਆ ਵਾ ਪਤਾ ਕਰ ਰਹੇ ਹਾਂ। ਕਿਹੜਾ ਮੁਕਦਮਾ ਚੱਲ ਰਿਹਾ ਪੁਲਿਸ ਨੇ, ਕੀ ਕਾਰਵਾਈ? ਸਾਡੇ ਵੱਲੋਂ ਜਿਹੜਾ ਜੀ ਉੱਤੇ 221 ਨੂੰ ਮੁਕਦਮਾ ਦਰਜ ਕੀਤਾ ਗਿਆ ਸੀ, ਅੰਡਰ ਸੈਕਸ਼ਨ 380 ਤਹਿਤ ਦਰਜ ਕੀਤਾ ਗਿਆ।